ਮੈਂ ਇਨਾਂ ਅਖੌਤੀ ਨਿਆਂਗਿਆਂ ਨੂੰ ਖੁੱਲਾ ਸੱਦਾ ਦਿੰਦਾ ਵਾਂ ਜਿੰਨੀ ਤੁਹਾਡੀ ਔਕਾਤ ਹੈਗੀ ਆ ਜਿੰਨੀ ਤੁਹਾਡੀ ਯਰਤ ਹੈਗੀ ਆ ਕਰਮਗਿੱਲ ਅਮਰਸਰ ਦਾ ਵਾਸੀ ਆ ਸਿਰ ਤੇ ਤਾਜ ਆ ਦਸਵੇਂ ਪਾਸ਼ਾ ਦਾ ਬਖਸ਼ਿਆ ਹੋਇਆ ਤਾਜ ਆ ਲਾਂ ਤਾਂ ਉਸ ਬੰਦੇ ਨੂੰ ਜਿਹਨੇ ਦਸਤਾਰ ਧਾਰੀ ਹੋ ਕੇ ਇਸ ਕੰਜਰ ਦੇ ਫਲੈਕਸ ਲਾਉਣ ਦੀ ਯਰਤ ਕੀਤੀ ਗਾਂ ਤੋਂ ਚੇਤਾਵਨੀ ਆ ਹਰ ਇੱਕ ਉਸ ਬੰਦੇ ਨੂੰ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋਵੇ ਜੇਕਰ ਤੋਂ ਕਿਸੇ ਨੇ ਇਹ ਕਰਤੂਤ ਕੀਤੀ ਉਤੇ 76 ਤੇ ਉਹਨੂੰ ਪਹਿਲਾਂ ਰੋਈਦਾ ਫੇਰਾਂਗੇ ਬਾਅਦ ਚ ਉਤੇ ਕਾਰਵਾਈ ਕਰਾਵਾਂਗੇ ਮਾਈਕਾ ਹਿੰਦੂ ਧਰਮ ਨਾਲ ਰਿਲੇਟਡ ਆ ਲੇਕਿਨ ਮੇਰੇ ਵੀ ਜਦੋਂ ਮੈਂ ਫੋਟੋ ਦੇਖੀ ਮੇਰੇ ਵੀ ਦਿਲ ਨੂੰ ਇੱਕ ਥੇਸ ਪੁੰਜੀ ਜਦੋਂ ਤੁਹਾਡੇ ਨਾਲ ਹੁਣ ਮੈਂ ਮਿਲਿਆ ਪਹਿਲੇ ਮੇਰਾ ਦਿਲ ਕਰਦਾ ਅਭੀ ਮਾਈਕ ਸਾਹ ਤੇ ਰੱਖ ਕੇ ਪਹਿਲੇ ਆਪਾਂ ਦੋ ਦੋ ਹੱਥ ਕਰ ਲਈਏ ਸਾਡੀ ਜਮੀਰ ਜਾਗਦੀ ਆ ਅਸੀਂ ਮਰੀ ਜਮੀਰ ਵਾਲੇ ਨਹੀਂ ਆ ਸੱਚ ਨੂੰ ਸੱਚ ਕਹਿਣਾ ਜਾਣਦੇ ਆ ਤੇ ਝੂਠ ਨੂੰ ਝੂਠ ਕਹਿਣ ਦੀ ਜ਼ਰੂਰਤ ਰੱਖਦੇ ਆ ਉਹ ਹਮੇਸ਼ਾ ਨੂੰ ਹੰਤ ਕਹਿੰਦਾ ਕਾਦਾ ਸੰਤਾ ਕੀ ਕਰ ਤੁੱਤਾ ਨੇ ਉਹਦੀਆਂ ਤੇ ਮੈਂ ਤੁਹਾਨੂੰ ਪੁੱਛਣਾ ਚਾਹਨਾ ਤੁਸੀਂ ਮੈਨੂੰ ਪ੍ਰੂਫ ਕਰੋ ਕੀ ਗੱਲ ਆ ਟਾਈਟਲਰ ਸਾਹਿਬ ਨੂੰ ਗਵਰਨਮੈਂਟ ਆਫ ਇੰਡੀਆ ਨੇ ਬੈਨ ਕੀਤਾ ਵਾ ਮੈਂ ਮਜਬੂਰੀ ਸੇ ਇੱਕ ਪਾਈਜਰਨ ਨਾਲ ਸੰਬੰਧਿਤ ਆਹੋ ਹੀ ਬੋਰਡ ਕਿਤੇ ਹੋਰ ਕਿਸੇ ਜਾਤੀ ਵਾਲੇ ਨੇ ਲਾਇਆ ਹੁੰਦਾ ਕਦੇ ਕੋਈ ਮੁੱਦਾ ਨਹੀਂ ਸੀ ਛੁੱਟਣਾ ਦੋ ਚਾਰ ਦੁਕੀ ਤੀ ਕੀ ਨਿਆਂ ਗਿਆ ਗਿਆ ਅਥਾਰਟੀ ਨਿਆਂ ਗਿਆ ਗਿਆ ਝੂਠੇ ਬਾਣੇ ਪਾਈ ਇਹਨਾਂ ਨੇ ਏ ਬਾਣੀ ਦੇ ਬਾਣਿਆਂ ਦੇ ਕਲੰਕ ਨੇ ਆਜ ਤੇ ਤਾੜ ਦੇ ਮੂੜੇ ਦਾੜਾ ਹੱਤ ਫੇਰ ਕੇ ਕਰਮਗੇਲ ਦਾ ਚੈਲੰਜ ਆਖੋਤੀਆਂ ਨੂੰ ਤਿਆਰ ਹੋ ਤਿਆਰ ਕੇਕ ਕੱਟਿਆ ਸੀਗਾ ਵੱਖ-ਵੱਖ ਥਾਵਾਂ ਦੇ ਕੇਕ ਕੱਟਿਆ ਸੀਗਾ ਮੁਕੇਸਾ ਰੂਰ ਦੇ ਮਨਾਵਾਂਗੇ ਜੇ ਤੁਹਾਡੇ ਦੀ ਯੁਰਤ ਹੈਗੀ ਆ ਡਾਕੇ ਦੇਖ ਲਿਓ ਬੀਤੀ ਰਾਤ ਅੰਮ੍ਰਿਤਸਰ ਚ ਜਗਦੀਸ਼ ਟਾਈਟਲਰ ਦੇ ਬੈਨਰ ਲੱਗੇ ਜਿਸ ਤੋਂ ਬਾਅਦ ਕੀ ਅੰਮ੍ਰਿਤਸਰ ਦੇ ਸਿੱਖ ਜਥੇਬੰਦੀਆਂ ਅਤੇ ਰਾਜਨੀਤਿਕ ਗਲਿਆਰੇ ਚ ਹੜਕਾ ਮਚ ਗਿਆ ਹਾਲਾਂਕਿ ਤੜਕਸਾਰ ਸਵੇਰੇ ਸਿੱਖ ਜਥੇਬੰਦੀਆਂ ਵੱਲੋਂ ਉੱਥੇ ਪਹੁੰਚ ਕੇ ਬੈਨਰ ਨੂੰ ਉਤਾਰਿਆ ਵੀ ਗਿਆ ਤੇ ਬੈਨਰ ਤੇ ਜੁੱਤੀਆਂ ਦੇ ਹਾਰ ਵੀ ਪਵਾਏ ਗੇ ਤੁਹਾਨੂੰ ਦੱਸਦੀ ਹੈ ਉਹ ਬੈਨਰ ਲਗਵਾਏ ਸੀ ਕਰਮ ਗਿਲ ਨਾਮਕ ਨੌਜਵਾਨ ਵੱਲੋਂ ਅਸੀਂ ਉਸ ਲੜਕੇ ਨੂੰ ਟ੍ਰੇਸ ਕੀਤਾ ਹੈ ਅਤੇ ਹੁਣ ਸਾਡੇ ਨਾਲ ਕਰਮਗਿਲ ਮੌਜੂਦ ਨੇ ਅਸੀਂ ਗੱਲਬਾਤ ਕਰ ਲੈਨੇ ਆ ਉਹਨਾਂ ਨਾਲ ਕਰਮਗਿਲ ਜੀ ਕੀ ਮੰਨ ਚਾਇਆ ਕਿ ਤੁਸੀਂ ਜਗਦੀਸ਼ ਟਾਈਟਲਰ ਦੇ ਬੋਰਡ ਜਿਹੜੇ ਆ ਅੰਮ੍ਰਿਤਸਰ ਚ ਲਗਵਾਤੇ ਕਿ ਅੰਮ੍ਰਿਤਸਰ ਚ ਅਮਨ ਸ਼ਾਂਤੀ ਨਹੀਂ ਰਹਿਣ ਦੇਣਾ ਚਾਹੁੰਦੇ ਤੁਸੀਂ ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਚੈਨਲ ਦੇ ਸਰੋਤਿਆਂ ਨੂੰ ਪੰਜਾਬ ਤੇ ਪੂਰੇ ਸਮੁੱਚੇ ਹਿੰਦੁਸਤਾਨ ਵਾਸੀਆਂ ਨਾਲ ਫਤਿਹ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨੇ ਫਤਿਹ ਵਾਲੀ ਤੇ ਗੱਲ ਨਹੀਂ ਨਾ ਰਹੀ ਤੁਸੀਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹਾਈ ਹੈ 1984 ਦੇ ਕਤਲੇਆਮ ਦੇ ਦੋਸ਼ੀ ਮੰਨੇ ਜਾਂਦੇ ਆ ਜਗਦੀਸ਼ ਟੈਕਲਰ ਜਿਨ੍ਹਾਂ ਦੇ ਤੁਸੀਂ ਬੈਨਰ ਅੰਮ੍ਰਿਤਸਰ ਚ ਲੰਗਵਾ ਕੇ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਦੇ ਜੇ ਤੇ ਹੁਣ ਕਿਸ ਕਿਸ ਗੱਲ ਦੀ ਫਤਿਹ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਛਾਨਣਾ ਪਾਉਣਾ ਚਾਹਨਾ ਦਿਨ 17 ਅਗਸਤ ਨੂੰ ਸਾਡੇ ਬਹੁਤ ਹੀ ਮਾਣਯੋਗ ਸ਼੍ਰੀ ਜਗਦੀਸ਼ ਟੈਕਲਰ ਜੀ ਸਾਬਕਾ ਕੇਂਦਰੀ ਮੰਤਰੀ ਭਾਰਤ ਸਰਕਾਰ ਜੋ ਕਿ ਅਸੀਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੜੇ ਸ਼ਰਦਾ ਤੇ ਧੂਮ ਧਾਮ ਨਾਲ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ ਕੋਵਿਡ-19 ਦੀਆਂ ਜਿਹੜੀਆਂ ਹਦਾਤਾਂ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਤੇ ਮੇਰੇ ਸਾਥੀ ਦਿੱਲੀ ਨਹੀਂ ਪਹੁੰਚ ਸਕਦੇ ਇਸ ਕਰਕੇ ਅਸੀਂ ਇਸ ਵਾਰ ਅਸੀਂ ਸ਼੍ਰੀ ਟਾਈਟਲਰ ਸਾਹਿਬ ਦਾ ਜਨਮ ਦਿਨ ਅੰਮ੍ਰਿਤਸਰ ਵਿਖੇ ਮਨਾਇਆ ਉਹਨਾਂ ਨੂੰ ਮੁਬਾਰਕਬਾਦ ਦਿੱਤੇ ਵੱਖ-ਵੱਖ ਥਾਵਾਂ ਤੇ ਕੇਕ ਕੱਟ ਕੇ ਹੋਡਿੰਗਸ ਲਾ ਕੇ ਗੁਰਦੂਰਾ ਸਾਹਿਬ ਦੇ ਵਿੱਚ ਅਕਾਲ ਪੁਰਖ ਸਾਹਿਬ ਦਾ ਸ਼ੁਕਰਾਨਾ ਕੀਤਾ ਤੇ ਮੰਗ ਅਗਾਲਪੁਰਖ ਸਾਹਿਬ ਨੂੰ ਬੇਨਤੀ ਕੀਤੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਟਾਈਟਲਰ ਸਾਹਿਬ ਨੂੰ ਲੰਬੀ ਉਮਰ ਚੰਗੀ ਸਿਹਤ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਿਓ ਜਿਹੜੀ ਗੱਲ ਤੁਸੀਂ ਪਹਿਲਾਂ ਮੇਰੇ ਨਾਲ ਫਤਿਹ ਦੀ ਕੀਤੀ ਖਾਲਸਾ ਪੰਥ ਕਿਸੇ ਦਾ ਮੋਤਾਜ ਨਹੀਂ ਆ ਸਾਡੀ ਜਮੀਰ ਜਾਗਦੀ ਆ ਅਸੀਂ ਮਰੀ ਜਮੀਰ ਵਾਲੇ ਨਹੀਂ ਆ ਸੱਚ ਨੂੰ ਸੱਚ ਕਹਿਣਾ ਜਾਣਦੇ ਆ ਤੇ ਝੂਠ ਨੂੰ ਝੂਠ ਕਹਿਣ ਦੀ ਜ਼ਰੂਰਤ ਰੱਖਦੇ ਆ ਅੱਜ ਦਾ ਵਕਾਊ ਮੀਡੀਆ ਬੇਸ਼ਰਮ ਮੀਡੀਆ ਮੈਂ ਤੁਹਾਨੂੰ ਤੁਹਾਡੇ ਕਈ ਜਿਹੜੇ ਸੋਸ਼ਲ ਮੀਡੀਆ ਦੇ ਚੈਨਲ ਨੇ ਸ਼ਰਮ ਤੇ ਵਾਹ ਯਾਦ ਮੈਂ ਕਿਹੜੇ ਕਿਹੜੇ ਅਲਫਾਜ਼ ਵਰਤਾ ਉਹ ਅੱਤਵਾਦੀ ਭਿੰਡਰਾਂ ਵਾਲੇ ਨੂੰ ਸੰਤ ਦੀ ਉਪਾਧੀ ਕਹਿ ਕੇ ਜਿਹੜਾ ਮੱਕੜ ਟੋਡਾ ਪੱਤਰਕਾਰ ਆ ਉਹ ਹਮੇਸ਼ਾ ਨੂੰ ਸੰਤ ਕਹਿੰਦਾ ਕਾਹਦਾ ਸੰਤ ਆ ਕੀ ਕਰਤੂਤਾ ਨੇ ਉਹਦੀਆਂ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਤੁਸੀਂ ਮੈਨੂੰ ਪ੍ਰੂਫ ਕਰੋ ਕੀ ਗੱਲ ਆ ਟਾਈਟਲਰ ਸਾਹਿਬ ਨੂੰ ਗਵਰਨਮੈਂਟ ਆਫ ਇੰਡੀਆ ਨੇ ਬੈਨ ਕੀਤਾ ਵਾ ਕੀ ਗੱਲ ਆ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਕੋਈ ਇਹੋ ਜਿਹੇ ਸੰਗਿੰਤ ਧਰਾਵਾਂ ਨੇ ਜਿਨ੍ਹਾਂ ਦੇ ਪਰ ਦੇਖ ਜਿੱਥੇ ਬੰਦੀਆਂ 'ਚ ਰੋਸ ਦੀ ਲਹਿਰ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਮੇਨ ਦੋਸ਼ੀ ਸੀ ਸੱਜਨ ਕੁਮਾਰ ਤੇ ਜਗਦੀਸ਼ ਟਾਈਟਲਰ ਜਿਨ੍ਹਾਂ ਨੇ 1984 'ਚ ਦੰਗੇ ਪੜਕਾਉਣ 'ਚ ਉਹਨਾਂ ਦਾ ਨਾਂ ਸੀ ਸੱਜਨ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਹਾਲਾਂਕਿ ਜਗਦੀਸ਼ ਟਾਈਟਲਰ ਨੂੰ ਹਜੇ ਤੱਕਰ ਦੋਸ਼ੀ ਕਰਾਰ ਨਹੀਂ ਦਿੱਤਾ ਲੇਕਿਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਮੈਂ ਤੁਹਾਡੇ ਕੋਲ ਸਵਾਲ ਕੀਤਾ ਕਿ ਅਗਰ ਸਿੱਖਾਂ ਦੀਆਂ ਭਾਵਨਾਵਾਂ 'ਨੂੰ ਠੇਸ ਪਹੁੰਚਦੀ ਸੀ ਤੁਸੀਂ ਆਪਣੀ ਫੇਸਬੁੱਕ ਤੇ ਉਹਨਾਂ ਦੀਆਂ ਫੋਟੋਆਂ ਪਾਓ ਤੁਸੀਂ ਕੇਕ ਕਟੋ ਕੋਈ ਨਹੀਂ ਰੋਕਦਾ ਕਿਉਂਕਿ ਤੁਸੀਂ ਆਜ਼ਾਦ ਦੇਸ਼ ਦੇ ਵਸਨੀਕ ਜੇ ਲੇਕਿ ਲਗਾ ਕੇ ਕਿਹਦੀਆਂ ਭਾਵਨਾਵਾਂ ਨੂੰ ਠੇਸ ਪਜਾਣਾ ਕਿੱਥੋਂ ਤੱਕ ਠੀਕ ਹੈ ਕਿਹੜੀਆਂ ਭਾਵਨਾਵਾਂ ਦੀ ਗੱਲ ਤੁਸੀਂ ਕਰਦੇ ਆ ਮਾਨਯੋਗ ਸ਼੍ਰੀ ਜਗਦੀਸ਼ ਟੈਟਲਰ ਨੂੰ ਕਿਸੇ ਅਦਾਲਤਾਂ ਨੇ ਦੋਸ਼ੀ ਠਹਿਰਾਇਆ ਸਾਡੇ ਮੁਲਕ ਦੀ ਸਰਬੋਤਮ ਜਿਹੜੀ ਜਾਂਚ ਏਜੰਸੀ ਹੈ ਸੀਬੀਆਈ ਅੱਜ ਅਕਾਲੀਆਂ ਦਾ ਹਾਲ ਵੇਖ ਲਓ ਕਿਸੇ ਹੋਰ ਪਾਰਟੀ ਦਾ ਹਾਲ ਵੇਖ ਲਓ ਕੋਈ ਵੀ ਗੱਲ ਹੁੰਦੀ ਆ ਕੋਈ ਵੀ ਮੁੱਦਾ ਉੱਡਦਾ ਵਾ ਉਹ ਸਾਰੇ ਮੰਗ ਕਰਦੇ ਸੀਬੀਆਈ ਤੋਂ ਜਾਂਚ ਕਰਾਈ ਜਾਵੇ ਮਾਨਯੋਗ ਸਰਬੋਤਮ ਜਿਹੜੀ ਜਾਂਚ ਏਜੰਸੀ ਆ ਸੀਬੀਆਈ ਸੀਬੀਆਈ ਨੇ ਕਲੀਨ ਚਿੱਟਾ ਦਿੱਤੀ ਹੈ ਟਾਈਟਲਰ ਸਾਹਿਬ ਨੂੰ ਤਿੰਨ ਵਾਰੀ ਮਾਨਯੋਗ ਅਦਾਲਤ ਦਾ ਕੰਮ ਆ ਕਿਸੇ ਨੂੰ ਦੋਸ਼ੀ ਠਹਿਰਾਉਣਾ ਇਹ ਅਦਾਲਤਾਂ ਦੇ ਫੈਸਲੇ ਸੀ ਅਦਾਲਤਾਂ ਤੱਕ ਰਹਿਣ ਦੀਏ ਮੈਂ ਜਾਂ ਤੁਸੀਂ ਕੋਈ ਜੱਜਮੈਂਟ ਨਹੀਂ ਦੇ ਸਕਦਾ ਕੋਈ ਸੈਂਟੈਂਸ ਨਹੀਂ ਦੇ ਸਕਦਾ ਕੌਣ ਦੋਸ਼ੀ ਆ ਕੌਣ ਨਹੀਂ ਦੋਸ਼ੀ ਪੁਲਿਸ ਆਪਣੀ ਕਾਰਵਾਈ ਕਰੇ ਅਦਾਲਤਾਂ ਦੀ ਕਾਰਵਾਈ ਅਸੀਂ ਅਦਾਲਤਾਂ ਤੱਕ ਰਹਿਣ ਦੀਏ ਰਹੀ ਗੱਲ ਕਾਹਦੀ ਆ ਬਾਬਾ ਨਵਾਂ ਨੂੰ ਠੇਸ ਪਹੰਚਾਈ ਕੀ ਗੱਲ ਆ ਟਾਈਟਲਰ ਸਾਹਿਬ ਦੇ ਕਿਹੜੇ ਦੋਸ਼ ਨੇ ਬੇਦਾਗ ਸਖੀਅਤ ਦੇ ਮਾਲਕ ਨੇ ਉਹ ਸਿਆਸਤ ਦੇ ਬੜੇ ਉੱਚੇ ਕੱਦ ਦੇ ਮਾਲਕ ਨੇ ਉਹ ਤੁਸੀਂ ਉਹਨਾਂ ਨੂੰ ਬਹੁਤ ਉੱਚੀ ਪਦਵੀ ਦੇ ਰਹੇ ਮਾਨਯੋਗ ਸ਼ਬਦ ਨਾਲ ਸੰਬੋਧਿਤ ਕਰ ਰਹੇ ਹੋ ਤੁਹਾਡੀ ਇੱਕ ਤਸਵੀਰ ਵੀ ਵਾਇਰਲ ਹੋਈ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਬਾਹਰ ਇੱਕ ਬੈਨਰ ਲਗਾਇਆ ਜਿੱਥੇ ਉਹਨਾਂ ਦੀ ਫੋਟੋ ਹੈ ਹਾਲਾਂਕਿ ਨੰਗੇ ਸਿਰ ਚ ਫੋਟੋ ਹੈ ਉਹ ਵੀ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਮੈਂ ਇੱਕ ਹਿੰਦੂ ਧਰਮ ਨਾਲ ਰਿਲੇਟਡ ਹ ਲੇਕਿਨ ਮੇਰੇ ਵੀ ਜਦੋਂ ਮੈਂ ਫੋਟੋ ਦੇਖੀ ਮੇਰੇ ਵੀ ਦਿਲ ਨੂੰ ਇੱਕ ਠੇਸ ਪਹੁੰਚੀ ਜਦੋਂ ਤੁਹਾਡੇ ਨਾਲ ਹੁਣ ਮੈਂ ਮਿਲਿਆ ਪਹਿਲੇ ਮੇਰਾ ਦਿਲ ਕਰਦਾ ਵੀ ਮਾਈਕ ਸਾਹਮਣੇ ਰੱਖ ਗਏ ਪਹਿਲੇ ਆਪਾਂ ਦੋ ਦੋ ਹੱਥ ਕਰ ਲਈਏ ਕਿ ਇੰਨੇ 1984 ਦੇ ਦੰਗਿਆਂ 'ਚ ਇੰਨਾ ਬੰਦੇ ਆਣੇ ਜੋ ਕਿ ਸਬਦ ਲਿਖ ਕੇ ਉਹਨਾਂ ਦੀਆਂ ਫੋਟੋਆਂ ਗੁਰਦੁਆਰਿਆਂ ਚ ਲਗਾ ਰਹੇ ਹੋ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਦੀ ਤੁਸੀਂ ਖੁਦ ਸਿੱਖ ਜੇ ਕਿ ਤੁਸੀਂ ਖੁਦ ਸਿੱਖ ਜੇ ਤੁਸੀਂ ਫਿਰ ਇਦਾਂ ਦੇ ਕੰਮ ਕਰਦੇ ਹੋ ਹਾਲਾਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸਿੱਖਾਂ ਦੀਆਂ ਕਿੰਨੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ 1984 ਦਾ ਜਿਹੜਾ ਕਤਲੇਆਮ ਆ ਮੈਂ ساری ਜ਼ਿੰਦਗੀ ਤੱਕ ਅਗਰ ਨਹੀਂ ਭੁੱਲਣਾ ਜਦੋਂ ਤੱਕ ਸਿੱਖੀ ਰਹੇਗੀ ਉਦੋਂ ਤੱਕ ਉਹ ਕਤਲੇਆਮ ਸਿੱਖਾਂ ਦੇ ਦਿਲਾਂ ਵਿੱਚ ਵਸਦਾ ਰਹੇਗਾ ਤੁਸੀਂ ਫਿਰ ਉਹਨਾਂ ਦੀਆਂ ਫੋਟੋਆਂ ਲਿਆ ਕੇ ਪੰਜਾਬ ਦਾ ਪੰਜਾਬ ਚ ਮਾਹੌਲ ਖਰਾਬ ਕਰਦੇ ਹੋ ਜੇ ਮੈਂ ਦੇ ਪਹਿਲਾਂ ਹੀ ਤੁਹਾਨੂੰ ਦੱਸ ਰਿਹਾ ਵਾਂ ਸਾਡੇ ਕਈ ਡੈਮੋਕਰੇਟਿਕ ਹੱਕ ਹੈਗੇ ਨੇ ਅਸੀਂ ਆਜ਼ਾਦ ਹਿੰਦ ਮੁਲਕ ਦੇ ਵਸਨੀਕ ਆ ਸਾਨੂੰ ਆਵਾਜ਼ ਚੁੱਕਣ ਦੇ ਸਾਡੇ ਹੱਕ ਹਕੂਕ ਨੇ ਮੈਂ ਤੁਹਾਨੂੰ ਤੁਹਾਨੂੰ ਹੀ ਕੁਐਸਚਨ ਪੁੱਟ ਕਰਦਾ ਤੁਹਾਡੇ ਕੋ ਕਿਹੜੇ ਪ੍ਰੂਫ ਨੇ ਜਿਨ੍ਹਾਂ ਦੇ ਕਰਕੇ ਤੁਸੀਂ ਮਾਣਯੋਗ ਸ਼੍ਰੀ ਜਗਦੀਸ਼ ਟੈਟਲਰ ਨੂੰ 84 ਦੇ ਦੰਗੇ ਦਾ ਦੋਸ਼ੀ ਮੰਨਦੇ ਹੋ ਮੈਂ ਪਹਿਲਾਂ ਹੀ ਬੇਨਤੀ ਕਰ ਚੁੱਕਾ ਇਹ ਕੰਮ ਅਸੀਂ ਅਦਾਲਤਾਂ ਤੱਕ ਰਹਿਣ ਦੀਏ ਇਹ ਤੇ ਜਿਹੜੇ ਲਾਲਚੀ ਨੇ ਖਾਲਿਸਤਾਨੀ ਨੇ ਗੁਰਪਤਵੰਤ ਪੰਨੂ ਦੇ ਸ਼ਾਰੇ ਦੇ ਚੱਲਣ ਵਾਲੇ ਨੇ ਉਹੀ ਵਿਰੋਧ ਕਰਨਗੇ ਜੀ ਉਹਨਾਂ ਨੇ ਤੁਹਾਡਕੋ ਹੈ ਹੀ ਆ ਸਾਰਾ ਰਿਕਾਰਡ ਜੀ ਸੂਰੇ ਉਹਨਾਂ ਨੇ ਕਈ ਮੇਰੇ ਹੋਲਡਿੰਗਸ ਲੋਵਾਦੇ ਕਈ ਜਿਹੜੀ ਮੰਦੀ ਸ਼ਬਦਾਵਲੀ ਵਰਤੀ ਕਈ ਧਮਕੀਆਂ ਦਿੱਤੀਆਂ ਮੈਨੂੰ ਕਿਸੇ ਦਾ ਕੋਈ ਡਰ ਖੌਫ ਨਹੀਂ ਹੈਗਾ ਸਾਡੇ ਤੇ ਮਾਮਲਾ ਵੀ ਦਰਜ ਹੋਣ ਜਾ ਰਿਹਾ ਪਤਾ ਤੁਹਾਨੂੰ ਇਸ ਜਿਹੜੇ ਹੋਲਡਿੰਗ ਤੁਸੀਂ ਲਗਾਏ ਸਿੱਖ ਭਾਵਨਾ ਨੂੰ ਠੇਸ ਪਹੁੰਚਾਉਂਦਾ ਮਾਮਲਾ ਦਰਜ ਹੋਣ ਜਾ ਰਿਹਾ ਤੁਹਾਡੇ ਤੇ ਮੈਂ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਣ ਵਾਲਾ ਵਾਂ ਅਸੀਂ ਅਮਨ ਪਸੰਦ ਦੇਸ਼ ਦੇ ਵਾਸੀ ਆਂ ਅਸੀਂ ਅਖੰਡਤਾ ਨੂੰ ਕਾਇਮ ਰੱਖਣ ਵਾਲੇ ਆਂ ਮੈਂ ਆਜ਼ਾਦ ਹਿੰਦੁਸਤਾਨ ਦਾ ਜਿਹੜਾ ਸੰਵਿਧਾਨ ਆ ਉਹਦੇ ਵਿੱਚ ਵਿਸ਼ਵਾਸ ਰੱਖਦਾ ਵਾਂ ਸਾਡੇ ਕੌਮ ਦੇ ਰਹਿਨੁਮਾ ਡਾਕਟਰ ਭੀਮਰਾਓ ਅੰਬੇਦਕਰ ਨੇ ਸਾਰਿਆਂ ਨੂੰ ਬਰਾਬਰ ਦੇ ਹੱਕ ਹਕੂਕ ਦਿੱਤੇ ਨੇ ਮੈਂ ਕਿਸੇ ਸਰਕਾਰੀ ਜਿਦਾਤੇ ਕੋਈ ਆਪਣਾ ਹੋਡਿੰਗਸ ਨਹੀਂ ਲਾਏ ਪ੍ਰਾਈਵੇਟ ਪ੍ਰਾਪਰਟੀਆਂ ਤੇ ਲਾਏ ਨੇ ਜਿਨ੍ਹਾਂ ਦੀ ਪ੍ਰਾਪਰਟੀ ਉਹਨਾਂ ਦੀ ਸਹਿਮਤੀ ਦੇ ਨਾਲ ਲਾਏ ਨੇ ਠੀਕ ਆ ਇਹਨਾਂ ਦੀ ਕੀ ਜ਼ਰੂਰਤ ਹੈ ਇਹਨਾਂ ਕੋਈ ਕੀ ਰਾਈਟਸ ਹੈਗੇ ਨੇ ਮੇਰੇ ਬੋਰਡ ਲਵਾਉਂਦੇ ਪ੍ਰਾਈਵੇਟ ਪ੍ਰਾਪਰਟੀਆਂ ਤੇ ਨਾਲ ਮੈਂ ਵੀਡੀਓ ਵੇਖਦਾ ਪਿਆ ਸੀ ਕੁਝ ਵੀਡੀਓਜ਼ ਮੇਰੇ ਕੋਲ ਪਹੁੰਚੀਆਂ ਨੇ ਉਹਦੇ ਵਿੱਚ ਵੇਖਦਾ ਪਿਆ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਲਾਗੇ ਖੜਾ ਵਾ ਕੀ ਗੱਲ ਆ ਉਹਨਾਂ ਨੂੰ ਆਪਣੀ ਡਿਊਟੀ ਨਿਭਾਉਣੀ ਨਹੀਂ ਹੁੰਦੀ ਇੰਨੀ ਕੁਤਾਈ ਇੰਨੀ ਲਾਪਰਵਾਹੀ ਕਦੋਂ ਤੱਕ ਚੱਲੂਗਾ ਕਦੋਂ ਤੱਕ ਅਸੀਂ ਬਰਦਾਸ਼ਤ ਕਰਾਂਗੇ ਇਹ ਚੀਜ਼ਾਂ ਨੂੰ ਤੁਸੀਂ ਇਕੱਲੇ ਜੇ ਜਿਹੜੇ ਜਗਦੀਸ਼ ਟਾਈਟਲਰ ਦਾ ਸਮਰਥਨ ਕਰਦੇ ਪਏ ਜੇ ਬਾਕੀ ਸਾਰੀਆਂ ਸਿੱਖ ਭਾਵਨਾਵਾਂ ਜਿੰਨੀਆਂ ਸਿੱਖ ਜਿੱਥੇ ਬੰਦੀਆਂ ਸੀ ਉੱਥੇ ਪਹੁੰਚੀਆਂ ਸੀ ਵਿਰੋਧ ਕਰਦੀਆਂ ਪਈਆਂ ਸੀ ਤੁਹਾਡਾ ਤੇ ਉਹਦਾ ਕਾਲਕ ਪੋਤੀ ਗਈ ਸੜਕ ਤੇ ਬੈਨਰ ਨੂੰ ਰੋਲਿਆ ਗਿਆ ਬੈਨਰ ਦੇ ਤਲਵਾਰਾਂ ਵੀ ਮਾਰੀਆਂ ਗਈਆਂ ਹੋਰ ਕਈ ਤਰ੍ਹਾਂ ਦਾ ਉਹਨਾਂ ਵੱਲੋਂ ਜਿਹੜਾ ਆਪਣਾ ਗੁੱਸਾ ਹੈ ਉਹ ਕੱਢਿਆ ਗਿਆ ਤੁਸੀਂ ਇਕੱਲੇ ਜੇ ਉਹਨਾਂ ਵੱਲੋਂ ਇਕੱਠ ਕਰਕੇ ਤੁਹਾਡਾ ਵਿਰੋਧ ਕੀਤਾ ਗਿਆ ਕੀ ਹੁਣ ਤੁਹਾਡੇ ਵੱਲੋਂ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਨਾ ਜਥੇਬੰਦੀਆਂ ਦੇ ਉੱਤੇ ਕਿ ਤੁਹਾਡਾ ਬੈਨਰ ਜਿਹਦਾ ਤੁਸੀਂ ਕਹਿ ਰਹੇ ਹੋ ਕਿ ਬੈਨਰ ਤੁਹਾਡਾ ਗਲਤ ਲਗਾ ਉਤਾਰਵਾ ਉਤਾਰਿਆ ਸਭ ਤੋਂ ਤੇ ਪਹਿਲਾਂ بڑے ਵੱਡੇ ਸ਼ਾਇਰ ਨੇ ਚਾਰ ਲਫ਼ਜ਼ਾਂ ਦੇ ਵਿੱਚ ਬਹੁਤ ਵੱਡੀ ਗੱਲ ਕਹਿ ਦਿੱਤੀ ਸ਼ਾਇਰ ਸਾਹਿਬ ਦਾ ਫਰਮਾਨਾ ਪੱਥਰ ਗਦੇ ਗੁਲਾਬ ਨਹੀਂ ਹੁੰਦੇ ਕੋਰੇ ਵਰਗੇ ਕਿਤਾਬ ਨਹੀਂ ਹੁੰਦੇ ਜੇ ਲਾਈਏ ਯਾਰੀ ਦਿਲ ਤੋਂ ਸਜਣਾ ਫਿਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ ਅਸੀਂ ਕੋਈ ਮਰੀ ਜਮੀਰ ਵਾਲੇ ਨਹੀਂ ਆ ਜੀ ਹੁੰਦੀ ਜਾਗਦੀ ਜ਼ਮੀਰ ਵਾਲੇ ਆ ਨਾ ਸਾਡੀ ਆਵਾਜ਼ ਕੱਲ ਨੂੰ ਦੱਬੀ ਸੀਗੀ ਨਾ ਦੱਬੀ ਰਹੂਗੀ ਜਿਸ ਕੌਮ ਨੂੰ ਮੈਂ ਬਿਲੋਂਗ ਕਰਦਾ ਜਿਸ ਭਾਈਚਾਰੇ ਜੋ ਮੈਂ ਹੈਗਾ ਵਾਂ ਹਜ਼ਾਰਾਂ ਸਾਲ ਗੁਲਾਮੀ ਕੀਤੀ ਸਭ ਤੋਂ ਪਹਿਲਾਂ ਮੈਂ ਤੈਨੂੰ ਇਹ ਦੱਸਣਾ ਚਾਹੁੰਦਾ ਵਾਂ ਮੈਂ ਮਜਬੀ ਸੇਕ ਭਾਈਚਾਰੇ ਨਾਲ ਸੰਬੰਧਤ ਆਹੋ ਹੀ ਬੋਰਡ ਕਿਤੇ ਹੋਰ ਕਿਸੇ ਜਾਤੀ ਵਾਲੇ ਨੇ ਲਾਇਆ ਹੁੰਦਾ ਕਦੇ ਕੋਈ ਮੁੱਦਾ ਨਹੀਂ ਸੀ ਉਠਣਾ ਇਹ ਜਾਤੀ ਵਿਤਕਰੇ ਅੱਜ ਵੀ ਹੁੰਦੇ ਪਏ ਆ ਰਹੀ ਗੱਲ ਇਹਨੂੰ ਇਹਨੂੰ ਜਾਤੀ ਵਾਲਾ ਨਾਲ ਲੈ ਕੇ ਚੱਲੋ ਕਿਉਂਕਿ ਇੱਕ ਸਿੱਖ ਭਾਵਨਾ ਮਨੂੰ ਥੇਸ ਪਹੁੰਚੀ ਜਿਤਨਾ ਮੈਂ ਤੁਹਾਨੂੰ ਗੱਲ ਦੱਸਦਾ ਪਿਆ ਹਾਲਾਂਕਿ ਇਹ ਕਿਸੇ ਨੂੰ ਪਤਾ ਨਹੀਂ ਤੁਸੀਂ ਹੁਣ ਦੱਸਿਆ ਕਿ ਤੁਸੀਂ ਮਜਬੀ ਸੇਖੋ ਜਾਂ ਕੋਈ ਜਾਂ ਮੈਨੂੰ ਵੀ ਨਹੀਂ ਪਤਾ ਪਰ ਜਿਹੜੀਆਂ ਸਿੱਖ ਭਾਵਨਾ ਨੂੰ ਥੇਸ ਪਹੁੰਚੀ ਹੈ ਮੈਂ ਉਹਦੀ ਗੱਲ ਕਰਦਾ ਪਿਆ ਕਿ ਇੱਥੇ ਬੋਰਡ ਲਾਉਣ ਦਾ ਕਾਰਨ ਇਹ ਸੀ ਕਿ ਕੋਈ ਅੰਮ੍ਰਿਤਸਰ ਚੋਂ ਰਾਜਨੀਤਿਕ ਟਿਕਟ ਲੈ ਰਹੇ ਜੇ ਕਾਂਗਰਸ ਵੱਲੋਂ ਜਾਂ ਚੇਅਰਮੈਨ ਨਹੀਂ ਲੈ ਰਹੇ ਜੇ ਵੇਖੋ ਕਾਂਗਰਸ ਦੇ ਸੱਚੇ-ਸੁੱਚੇ ਸਪਾਈ ਹੈਗੇ ਆ ਸਪਾਈ ਬਣ ਕੇ ਕੰਮ ਕਰਦੇ ਰਵਾਂਗੇ ਤੇ ਸਪਾਈ ਹਮੇਸ਼ਾ ਵਾਸੇ ਰਵਾਂਗੇ ਕਾਂਗਰਸ ਕਾਂਗਰਸ ਵਾਸਤੇ ਕੰਮ ਕੀਤਾ ਤੇ ਕਾਂਗਰਸ ਦੀ ਮਜ਼ਬੂਤੀ ਵਾਸਤੇ ਕੰਮ ਕਰਦੇ ਰਵਾਂਗੇ ਮਾਨਯੋਗ ਸ਼੍ਰੀ ਜਗਦੀਸ਼ ਟੈਟਲਰ ਜੀ ਬੇਦਾਗ ਸੱਚੀ ਸੁੱਚੀ ਮੂਰਤ ਵਾਲੇ ਅਮਨ ਪਸੰਦ ਸ਼ਾਂਤੀ ਦੇ ਪੁੰਜ ਮਾਨਯੋਗ ਸ਼੍ਰੀ ਜਗਦੀਸ਼ ਟੈਟਲਰ ਜੀ ਮੇਰੇ ਸਿਆਸੀ ਗੁਰੂ ਨੇ ਮੈਂ ਕੋਈ ਸਿਆਸੀ ਲਹਾਣ ਨਹੀਂ ਲੈਣਾ ਚਾਹੁੰਦਾ ਮੈਂ ਪਹਿਲਾਂ ਹੀ ਬੇਨਤੀ ਕਰ ਚੁੱਕਦਾ ਕੋਵਿਡ 19 ਦੀਆਂ ਹਦਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਆਪਣੇ ਸਾਥੀਆਂ ਨੂੰ ਦਿੱਲੀ ਨਹੀਂ ਲੈ ਕੇ ਜਾ ਸਕਦਾ ਸੀਗਾ ਸਾਨੂੰ ਉਹਨਾਂ ਦੀ ਜਿਹੜਾ ਜਨਮ ਦਿਨ ਦੀ ਖੁਸ਼ੀ ਆ Eid ਮੁਬਾਰਕ ਵਰਗੀ ਖੁਸ਼ੀ ਆ ਨਵੇਂ ਸਾਲ ਵਰਗੀ ਖੁਸ਼ੀ ਆ ਦੀਵਾਲੀ ਵਰਗੀ ਖੁਸ਼ੀ ਆ ਮੇਰੇ ਵਾਸਤੇ ਮੇਰੀ ਜ਼ਿੰਦਗੀ ਦੇ ਇੱਕ بڑے ਵੱਡੇ ਰੋਡ ਮਾਡਲ ਨੇ ਤੁਸੀਂ ਗੱਲ ਕਰਦੇ ਆ ਕਿ ਵਿਰੋਧ ਦੀ ਵਿਰੋਧ ਕਿਸ ਚੀਜ਼ ਦਾ ਵਾ ਕੋਈ ਪ੍ਰੂਫ ਹੋਣਾ ਚਾਹੀਦਾ ਵਾ ਇਹ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਆ ਖਾਲਿਸਤਾਨੀਆਂ ਦੀ ਜਾਂ ਫਿਰ ਜਿਹੜੇ ਵਿਰੋਧੀ ਧਿਰਾਂ ਨੇ ਸਿਆਸੀ ਰੋਟੀਆਂ ਸੇਕਦੇ ਨੇ ਇਹ ਇਨ੍ਹਾਂ ਕੋਈ ਅਜੇ ਤੱਕ ਪ੍ਰੂਫ ਹੈਗਾ ਜੇ ਕੋਈ ਉਹ ਸੁਖਬੀਰ ਬਾਦਲ ਜਾਂ ਇਨ੍ਹਾਂ ਦਾ ਕੋਈ ਜਿਹੜਾ ਲੰਬੂ ਹੈਗਾ ਵਾ ਅਕਾਲੀ ਦਲ ਬਾਦਲ ਦਾ ਜਾਂ ਹੋਰ ਦੂਜੇ ਤੀਜੇ ਕਿਸੇ ਪਾਰਟੀ ਦੇ ਵੀ ਆ ਜਿਹੜੇ 2-4 ਦੁਕੀ ਤੀਕੀ ਨਿਆਂਗੇ ਹੈਗੇ ਆ ਅਖੌਤੀ ਨਿਆਂਗੇ ਹੈਗੇ ਆ ਝੂਠੇ ਬਾਣੇ ਪਾਏ ਇਨ੍ਹਾਂ ਨੇ ਇਹ ਬਾਣੀ ਦੇ ਬਾਣਿਆਂ ਤੇ ਕਲੰਕ ਨੇ ਤੁਸੀਂ ਕਿੱਦਾਂ ਕਹਿ ਸਕਦੇ ਹੋ ਝੂਠੇ ਬਾਣੇ ਪਾਏ ਬਿਲਕੁਲ ਇਨ੍ਹਾਂ ਨੇ ਸਿੱਖਪੰਥ ਵਾਸਤੇ ਕੀਤਾ ਕੀ ਆ ਆਪਣੀ ਕੌਮਵਾਸੇ ਜਿਹੜੀਆਂ ਲੜਾਈਆਂ ਲੜੀਆਂ ਨੇ ਉਹ ਸਾਨੂੰ ਪਤਾ ਵਾ ਇਹ ਜਾਤੀਵਿਦਕਰੇ ਕਰਦੇ ਪਏ ਨੇ ਇਹ ਅੱਜ ਵੀ ਮੈਂ ਤੁਹਾਨੂੰ ਦੱਸਦਾ ਅਸੀਂ ਬੁੱਧੇ ਤੋਂ ਪਾਸੇ ਨਹੀਂ हटਦੇ ਜਿਹੜੇ ਮਰਜ਼ੀ ਜਗ੍ਹਾ ਤੇ ਜਾ ਕੇ ਅੰਮ੍ਰਿਤ ਛਕ ਲੋ ਇਹ ਮذਬੀ ਦਾ ਪਤਾ ਲੱਗੂਗਾ ਕੱਲੇ ਸਰਟੀਫਿਕੇਟ ਤੇ ਮذਬੀ ਲਿਖ ਕੇ ਦੇਣਗੇ ਕਿ ਦੀ ਮذਬੀ ਸਿੱਖ ਨਹੀਂ ਲਿਖ ਕੇ ਦੇਣਗੇ ਕਿਤੇ ਇਹਨਾਂ ਨੇ ਸਾਡੀ ਕੌਮ ਦੀ ਖਾਤਰ ਕੀ ਦੀ ਵਾ ਚੁੱਕੀ ਆ ਰਹੀ ਗੱਲ ਇਹਨਾਂ ਕੋ ਕੀ ਆਈ ਪ੍ਰੂਫ ਹੈਗੇ ਨੇ ਜਿਹੜੇ ਟਾਈਟਲਰ ਸਾਹਿਬ ਨੂੰ ਦੋਸ਼ੀ ਮੰਨਦੇ ਨੇ ਇਹ ਹਵਾ ਦੇ ਵਿੱਚ ਤੀਰ ਮਾਰਨ ਵਾਲੇ ਨੇ ਇਹ ਫੋਕੇ ਨੇ ਇਹ ਫੁਕਰੇ ਨੇ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਨਾ ਸੀ ਇਹਨਾਂ ਦੇ ਪੱਲੇ ਰਹਿਣ ਦੇਣਾ ਵਾ ਤੁਹਾਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਇੰਨੀਆਂ ਗੱਲਾਂ ਮੈਨੂੰ ਕਰਦੇ ਪਏ ਆ ਤਿੰਨ ਦਿਨ ਪਹਿਲਾਂ ਮੋਗੇ ਦੇ ਵਿੱਚ ਡੀਸੀ ਦਫ਼ਤਰ ਦੇ ਉੱਤੇ ਖਾਲਿਸਤਾਨ ਦਾ ਝੰਡਾ ਚੜਾਤਾ ਸੀਗਾ ਤੁਸੀਂ ਸੁੱਤੇ ਸੀਗੇ ਪਰ ਜੋ ਵੀ ਉਹ ਵੀ ਆਵਾਜ਼ ਚੁੱਕੀ ਉਹ ਵੀ ਆਵਾਜ਼ ਚੁੱਕੀ ਹੈ ਉਹ ਵੀ ਲੜਕਿਆਂ ਨੂੰ ਟ੍ਰੇਸ ਕੀਤਾ ਜਾ ਰਿਹਾ ਉਹ ਵੀ ਆਵਾਜ਼ মিডিਆ ਨਹੀਂ ਚੱਕੀ ਆ মিডিਆ ਚੈਨਲਾਂ 'ਚ ਹੀ ਦਿਖਾਇਆ ਗਿਆ ਜਦੋਂ ਲੜਕਿਆਂ ਨੇ ਝੰਡਾ ਲਹਿਰਾਇਆ ਉਹ ਚੈਨਲਾਂ 'ਤੇ ਹੀ ਖਬਰ ਚੱਲੀ ਸੋਸ਼ਲ ਮੀਡੀਆ ਚੈਨਲਾਂ 'ਤੇ ਹੀ ਖਬਰ ਚੱਲੀ ਹੈ ਉਹ ਵੀ ਲੜਕਿਆਂ ਨੂੰ ਟ੍ਰੇਸ ਟ੍ਰੇਸ ਕਰਨਾ ਕੰਮ ਤੇ ਪੁਲਿਸ ਦਾ ਨਾ ਅਸੀਂ ਤੇ ਖਬਰ ਹੀ ਦਿਖਾ ਸਕਦੇ ਹਾਂ ਨਾ ਕਿ ਆ ਕੰਮ ਇੱਥੇ ਹੋਇਆ ਹੈ ਬਿਲਕੁਲ ਹੁਣ ਤੁਸੀਂ ਆਪਣੇ ਸਹੀ ਮੁੱਦੇ ਤੇ ਆ ਗਏ ਹੋ ਟ੍ਰੇਸ ਕਰਨਾ ਕੰਮ ਪੁਲਿਸ ਦਾ ਨਿਆਂ ਦੇਣਾ ਤੇ ਫੈਸਲੇ ਕਰਨਾ ਕਮ ਮਾਨਯੋਗ ਦਾਲਾ ਦਾ ਹੁਣ ਤੁਸੀਂ ਤੁਹਾਡੇ ਵੱਲੋਂ ਬੈਨਰ ਤੁਹਾਡੇ ਵੱਲੋਂ ਬੈਨਰ ਲਗਾਇਆ ਗਿਆ ਸਾਡਾ ਫਰਜ਼ ਸੀ ਤਾਂ ਟ੍ਰੇਸ ਕਰਕੇ ਤੁਹਾਨੂੰ ਤੁਹਾਡਾ ਬਿਆਨ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇ ਅਸੀਂ ਤੁਹਾਨੂੰ ਟ੍ਰੇਸ ਕੀਤਾ ਤੁਹਾਡਾ ਬਿਆਨ ਜਾਣਨ ਲਈ ਤੁਹਾਡੇ ਕੋਲ ਪਹੁੰਚਿਆ ਕਿ ਤੁਹਾਡਾ ਕੀ ਪੱਖ ਹੈ ਜੇ ਤੁਸੀਂ ਵਕਾਊ ਮੀਡੀਆ ਦੀ ਗੱਲ ਕਰਦੇ ਜੇ ਅਸੀਂ ਵਕਾਊ ਮੀਡੀਆ ਵਾਲੇ ਹੁੰਦੇ ਜੋ ਕੁਝ ਸਵੇਰੇ ਹੋ ਗਿਆ ਸੀ ਉਹਦੀ ਖਬਰ ਲਗਾ ਕੇ ਅਸੀਂ ਆਪਣਾ ਕੋਈ ਹੋਰ ਕੰਮ ਕਰਨਾ ਸੀ ਨਾ ਕਿ ਤੁਹਾਡੇ ਤੱਕ ਰਾਣਾ ਸੀ ਨਾ ਕਿ ਤੁਹਾਡਾ ਪੱਖ ਜਾਨਣਾ ਸੀ ਜੇ ਵਕਾਊ ਮੀਡੀਆ ਹੁੰਦੇ ਅਸੀਂ ਸਵੇਰੇ ਹੀ ਖਬਰ ਨੂੰ ਖਤਮ ਕਰ ਦੇਣਾ ਸੀ ਲੇਕਿਨ ਤੁਹਾਡਾ ਪੱਖ ਜਾਨਣਾ ਜ਼ਰੂਰੀ ਸੀ ਕਿ ਕਿਉਂ ਇੱਥੇ ਬੈਨਰ ਲੱਗੇਗੇ ਕੀ ਮੰਚਾ ਸੀ ਕੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਈ ਕੋਸ਼ਿਸ਼ ਤੇ ਨਹੀਂ ਸੀ ਇਸ ਲਈ ਅਸੀਂ ਤੁਹਾਡਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਹੈ ਮੈਂ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਸਾਡੇ ਹੱਥ ਦੀਆਂ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਆ ਕੁਝ ਤੁਹਾਡੇ ਸੋਸ਼ਲ ਮੀਡੀਆ ਦੇ ਇਹੋ ਜਿਹੇ ਚੈਨਲ ਨੇ ਇਹੋ ਜਿਹੇ ਅਕਾਊਂਟ ਚੱਲਦੇ ਪਏ ਨੇ ਜਿਹੜੇ ਅਤਵਾਦੀ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਸੰਤ ਦੀ ਉਪਾਦੀ ਦੇ ਕੇ ਹਮੇਸ਼ਾ ਗੱਲ ਕਰਦੇ ਨੇ ਉਹਨਾਂ ਚੈਨਲ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਆ ਉਹਨਾਂ ਪੱਤਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਰਹੀ ਗੱਲ ਤੁਹਾਡੇ ਧਿਆਨ ਦੇ ਵਿੱਚ ਮਸਲਾ ਹੋਊਗਾ ਲੁਧਿਆਣੇ ਦਾ ਮਾਨਯੋਗ ਅਦਾਲਤਾਂ ਨੇ ਅਤਵਾਦੀ ਜਗਤਾਰ ਹਵਾਰੇ ਨੂੰ ਕੁਝ ਜਿਹੜੇ ਕੇਸ ਸੀਗੇ ਉਹਨਾਂ ਦੇ ਵਿੱਚੋਂ ਬਰੀ ਕੀਤਾ ਖਾਲਿਸਤਾਨੀਏ ਜਿਹੜੇ ਗਰਮ ਖਿਆਲੀਏ ਸੀਗੇ ਅਖੌਤੀ ਨਿਆਂਗ ਸੀਗੇ ਉਹਨਾਂ ਨੇ ਖੁਸ਼ੀ ਮਨਾਈ ਇਹਨਾਂ ਨੇ ਸਾਰਿਆਂ ਨੇ ਅਦਾਲਤਾਂ ਦੇ ਫੈਸਲੇ ਦਾ ਸਵਾਗਤ ਕੀਤਾ ਜੇਕਰ ਮਾਨਯੋਗ ਅਦਾਲਤਾਂ ਟਾਈਡਲਰ ਸਾਹਮਣੂ ਕਲੀਨ ਚਿੱਟਾ ਦਿੰਦੀਆਂ ਨੇ ਹਰੇਕ ਕੇਸੋਂ ਬਰੀ ਕਰਦੀਆਂ ਨੇ ਇਹਨਾਂ ਨੂੰ ਕੀ ਬਿਮਾਰੀ ਆ ਅਸੀਂ ਦੋਹਰੇ ਮਾਪਦੰਡ ਤੇ ਹਮੇਸ਼ਾ ਕਿਉਂ ਗੱਲ ਕਰਦੇ ਆ ਇਹਨਾਂ ਨੂੰ ਪੁੱਛਣਾ ਤੁਹਾਡਾ ਫਰਜ਼ ਆ ਤੁਹਾਡਾ ਹੱਕ ਬਣਦਾ ਜਦੋਂ ਤੁਹਾਡੇ ਅਤਵਦੀ ਹਵਾਰੇ ਨੂੰ ਕਿਸੇ ਮਸਲੇ 'ਚੋਂ ਅਦਾਲਤਾਂ ਬਰੀ ਕਰਦੀਆਂ ਨੇ ਇਹਦੋਂ ਖੁਸ਼ੀ ਮਨਾਉਂਦੇ ਨੇ ਜਦੋਂ ਮਾਨਯੋਗ ਸ਼੍ਰੀ ਜਗਦੀਸ਼ ਟਾਈਟਲਰ ਨੂੰ ਸੀਬੀਆਈ ਨੇ ਕਲੀਨ ਚਿੱਟਾ ਦੇ ਦਿੱਤੀ ਆ ਇਨ੍ਹਾਂ ਕੋਈ ਰਾਈਟ ਨਹੀਂ ਹੈਗਾ ਪ੍ਰਾਈਵੇਟ ਪ੍ਰਾਪਰਟੀ 'ਤੇ ਬੋਰਡ ਲਾਉਣ ਦਾ ਜਿਹੜੀ ਪ੍ਰਾਪਰਟੀ 'ਤੇ ਬੋਰਡ ਲੱਗੇ ਸੀਗੇ ਇਹ ਉਹਨਾਂ ਨੂੰ ਡਰਾਉਂਦੇ ਵੀ ਪਏ ਨੇ ਧਮਕਾਉਂਦੇ ਵੀ ਪਏ ਨੇ ਬੱਬਰ ਸ਼ੇਰ ਦੀ ਤਰ੍ਹਾਂ ਖੜੇ ਆ ਮੈਂ ਇਨ੍ਹਾਂ ਅਖੌਤੀ ਨਿਹੰਗਾਂ ਨੂੰ ਖੁੱਲਾ ਸੱਦਾ ਦਿੰਦਾ ਵਾਂ ਜਿੰਨੀ ਤੁਹਾਡੀ ਔਕਾਤ ਹੈਗੀ ਆ ਜਿੰਨੀ ਤੁਹਾਡੀ ਜੁਰਤ ਹੈਗੀ ਆ ਕਰਮਗਿੱਲ ਅਮਰਸਰ ਦਾ ਵਾਸੀ ਆ ਸਿਰ ਤੇ ਤਾਜ ਆ ਦਸਵੇਂ ਪਾਸ਼ਾ ਦਾ ਬਖਸ਼ਿਆ ਹੋਇਆ ਤਾਜ ਆ ਦੁਕੀ ਤਕੀ ਢੋਡੇ ਰਗੇ ਜਿਹੜੇ ਹੈਗੇ ਨਾ ਲੁਚੇ ਗੰਦੇ ਨਿਹੰਗ ਅਖੋਤੀ ਨਿਹੰਗ ਇਹ ਉਹਨਾਂ ਦੀ ਦਿੱਤੀ ਹੋਈ ਦੇਣੀ ਆ ਇਹ ਸ਼ਾਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਹੋਈ ਦੇਣਾ ਢੋਡੇ ਕਿਸੇ ਤੇ ਜੇਬ ਵਾਲਾ ਪੰਥ ਨਹੀਂ ਆ ਇਹ ਦਸਵੇਂ ਪਾਸ਼ਾ ਦਾ ਪੰਥ ਆ ਆਜ਼ਾਦ ਕੌਮ ਆ ਆਜ਼ਾਦ ਆਵਾਜ਼ ਆ ਆਜ਼ਾਦ ਹਿੰਦ ਮੁਲਕ ਦੇ ਵਾਸੀ ਆ ਨਾ ਇਹਨਾਂ ਤੋਂ ਡਰਿਆ ਨਾ ਹੀ ਕਦੀ ਡਰਾਂਗੇ ਤੁਹਾਡਾ ਜਿਹੜੇ ਜਗਦੀਸ਼ ਟਾਈਟਲਰ ਉਹਨਾਂ ਦਾ ਤੁਸੀਂ ਜਨਮ ਦਿਨ ਮਨਾਣ ਲਈ ਬੋਰਡ ਲਾਏ ਸੀ ਹੁਣ ਉਹਨਾਂ ਦੇ ਬੋਰਡ ਨੂੰ ਪੈਰਾਂ 'ਚ ਰੋਲਿਆ ਗਿਆ ਸਭ ਕੁਝ ਕੀਤਾ ਗਿਆ ਕਿ ਮਨ ਨੂੰ ਦੁੱਖ ਨਹੀਂ ਲੱਗਾ ਕਿ ਜਿਨ੍ਹਾਂ ਦਾ ਤੁਸੀਂ ਖੁਸ਼ੀ ਨਾਲ ਜਨਮ ਦਿਨ ਮਨਾਣਾ ਸੀ ਕਿ ਅਗਰ ਉਹਦਾ ਕੇਕ ਕੱਟ ਲੈਂਦੇ ਓਦਾਂ ਕਿਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਫੋਟੋ ਪਾ ਲੈਂਦੇ ਤੇ ਹੋ ਸਕਦਾ ਸੀ ਇੰਨਾ ਵਿਰੋਧ ਨਾ ਹੁੰਦਾ ਲੇਕਿਨ ਫਲੈਕਸ ਲਾ ਕੇ ਜ਼ਿਆਦਾ ਵਿਰੋਧ ਕੀਤਾ ਕਿ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਣੀ ਕਿ ਜਦੋਂ ਜਗਦੀਸ਼ ਟਾਈਟਲਰ ਇਹ ਵੀਡੀਓ ਵੇਖਣਗੇ ਕਿ ਉਹਨਾਂ ਦੇ ਦਿਲਾਂ ਨੂੰ ਠੇਸ ਨਹੀਂ ਪਹੁੰਚੇਗੀ ਕਿ ਉਹਨਾਂ ਦਾ ਅੰਮ੍ਰਿਤਸਰ 'ਚ ਕੀ ਸਲੂਕ ਕੀਤਾ ਜਾ ਰਿਹਾ ਜਿੰਨਾ ਚ ਇੱਕ ਇੱਕ ਕਤਰਾ ਮਾਨਯੋਗ ਸ਼੍ਰੀ ਜਗਦੀਸ਼ ਟੈਟਲਰ ਜੀ ਵਾਸਤੇ ਹਾਜ਼ਰ ਆ ਇੱਕ ਇੱਕ ਸਵਾਸ ਮੇਰਾ ਜ਼ਿੰਦਗੀ ਦਾ ਇੱਕ ਇੱਕ ਸਾਹ ਮੇਰਾ ਇੱਕ ਇੱਕ ਰੋਮ ਮਾਨਯੋਗ ਸ਼੍ਰੀ ਜਗਦੀਸ਼ ਟੈਟਲਰ ਜੀ ਦੇ ਲਿਖੇ ਆ ਨਾ ਕਦੀ ਉਹਨਾਂ ਦੀ ਅਸੀਂ ਬੇਇੱਜ਼ਤੀ ਬਰਦਾਸ਼ਤ ਕਰਾਂਗੇ ਤੇ ਨਾ ਹੀ ਕਦੀ ਬਰਦਾਸ਼ਤ ਕਰਨ ਦਾ ਮਾਦਾ ਰੱਖਦੇ ਆ ਇਹਨਾਂ ਨੇ ਮੇਰੀ ਪਿੱਠ ਪਿੱਛੇ ਕੀਤਾ ਇਹ ਸਾਰੇ ਕੰਮ ਜੇ ਯੁਰਤ ਸੀਗੀ ਜਦੋਂ ਲਾਈ ਸੀਗੇ ਸ਼ਰਿਆਮ ਅਸੀਂ ਠੋਕੇ ਹੈ ਕਿ ਠੋਕੇ ਕਰਨਿਆ ਸ਼ਰਿਆਮ ਬੋਰਡ ਲਾਏ ਸੀਗੇ ਕੋਈ ਗਲਤ ਕੰਮ ਨਹੀਂ ਸੀ ਕੀਤਾ ਪ੍ਰਾਈਵੇਟ ਪ੍ਰਾਪਰਟੀ ਤੇ ਲਾਏ ਸੀਗੇ ਜੇ ਇਹਨੇ ਯੁਰਤ ਦੇ ਮਾਲਕ ਸੀਗੇ ਕਈ ਘੰਟਿਆਂ ਤੋਂ ਬਾਅਦ ਇਹ ਉੱਥੇ ਪਹੁੰਚੇ ਨੇ ਮੌਕੇ ਤੇ ਆ ਜਾਂਦੇ ਮੈਨੂੰ ਇਨਫੋਰਮ ਕਰਕੇ ਉੱਥੇ ਪਹੁੰਚਦੇ ਇਹਨਾਂ ਨੇ ਦੋ ਹੱਥ ਕਰਦੇ ਮੈਂ ਕੋਈ ਚੂੜੀਆਂ ਨਹੀਂ ਪਾਈਆਂ ਇਹ ਦਸਵੇਂ ਪਾਸ਼ਾ ਦੀ ਦਿੱਤੀ ਹੋਈ ਦਾਤ ਪਾਈ ਆ ਜੇ ਇਹ ਇਹ ਪਾਈ ਹੈ ਨਾ ਇਹਦੇ ਨਾਲ ਜ਼ੁਲਮ ਰੋਕਣਾ ਵੀ ਹੁੰਦਾ ਵਾ ਤੇ ਨਾ ਹੀ ਜ਼ੁਲਮ ਨੂੰ ਕਦੀ ਬਰਦਾਸ਼ਤ ਕਰਾਂਗੇ ਤੇ ਨਾ ਹੀ ਜ਼ੁਲਮ ਕਦੀ ਸਵਾਂਗੇ ਦਸਵੇਂ ਪਾਸ਼ਾ ਦਾ ਹੀ ਇਹ ਹੁਕਮ ਆ ਨਾ ਜ਼ੁਲਮ ਕਰਿਓ ਨਾ ਜ਼ੁਲਮ ਦਿਓ ਇਹਨਾਂ ਅਖੋਤੀਆਂ ਦਾ ਪਿੱਛੇ ਜੇ ਅਖੋਤੀਆਂ ਨੇ ਪੰਜਾਬ ਪੂਸ ਦੇ ਮੁਲਾਜਮ ਦਾ ਸਰਦਾਰ ਹਜੀਤ ਸਿੰਘ ਦਾ ਗੁੱਟ ਵੱਡਿਆ ਸੀਗਾ ਡਿਊਟੀ ਦੌਰਾਨ ਕੀ ਹਸ਼ਰ ਹੋਇਆ ਰਹੀ ਗੱਲ ਕੋਟ ਤੱਕ ਘਸੀਟਾਂਗੇ ਕੋਟਾ ਤੱਕ ਘਸੀਟਾਂਗੇ ਇਹਨਾਂ ਨੂੰ ਤੇ ਫੰਡਿੰਗ ਆਉਂਦੀ ਪਈ ਆ ਗੁਰਪਤਵੰਤ ਵੱਲੋਂ ਇਹ ਮੱਧ ਸੋਚਣ ਕੀ ਜੋ ਇਹਨਾਂ ਨੇ ਕਾਲੀ ਕਰਤੂਤ ਕੀਤੀ ਆ ਮੇਰੀ ਪਿੱਠ ਪਿੱਛੇ ਕਦੀ ਵੀ ਇਹਨਾਂ ਨੂੰ ਬਖਸ਼ਿਆ ਜਾਊਗਾ ਕੋਟਾਂ ਦੇ ਰਾਹ ਸਾਰਿਆਂ ਨੂੰ ਅੰਦੇ ਨੇ ਮਾਨਯੋਗ ਸੈਸ਼ਨ ਅਦਾਲਤਾਂ ਤੱਕ ਵੀ ਕਸੀਟਾਂਗੇ ਹਾਈ ਕੋਰਟ ਤੱਕ ਵੀ ਕਸੀਟਾਂਗੇ ਦਿੱਲੀ ਤੱਕ ਵੀ ਕਸੀਟਾਂਗੇ ਤੇ ਮੈਂ ਇਸ ਗੱਲ ਦਾ ਵਾਅਦਾ ਕਰਦਾ ਵਾਂ ਮਾਨਯੋਗ ਸ਼੍ਰੀ ਜਗਦੀਸ਼ ਚੈਟਰ ਜਿਹਦੀ ਜੁੱਤੀ ਦੇ ਵਿੱਚ ਇਨਾਂ ਖੋਤੀਆਂ ਨੂੰ ਪਾਣੀ ਪਿਆਊਗਾ ਆ ਸਿਰ ਤੇ ਤਾਜ ਦੇ ਮੂਹਰੇ ਦਾੜਾ ਹੱਥ ਫੇਰ ਕੇ ਕਰਮਗਿੱਲ ਦਾ ਚੈਲੰਜ ਆ ਖੋਤੀਆਂ ਨੂੰ ਤਿਆਰ ਹੋ ਤਿਆਰ ਜਿਗਰੇ ਵਾਲੇ ਅਗੇ ਹੋਣਾ ਪੰਗਾ ਹੱਥ ਤੇ ਤੁਸੀਂ ਪਾ ਲਿਆ ਵਾ ਤੁਸੀਂ ਜਿੱਥੇ ਜਿੱਥੇ ਅੱਜ ਤੱਕ ਪਹੁੰਚੇ ਹੋ ਕੋਈ ਤੁਹਾਨੂੰ ਬਰਦਾਸ਼ਤ ਕਰਨ ਵਾਲਾ ਸੀਗਾ ਕਿ ਉਹ ਤੁਹਾਨੂੰ ਕੋਈ ਮਾਦੇ ਵਾਲਾ ਟੱਕਰ ਨਹੀਂ ਆ ਟੱਕਰ ਕੇ ਵੇਖ ਲਿਓ ਤੁਸੀਂ ਉਹ ਨਾ ਸਮਝਿਓ ਜੋ ਤੁਸੀਂ ਸਮਝਦੇ ਸੀਗੇ ਅਸੀਂ ਉਹ ਹੈਗੇ ਆ ਜਿਹੜੇ ਮੌਕੇ ਤੇ ਮਸ਼ਾਲਾ ਵਾਂਗੂ ਮਚਦੇ ਆ ਇਹੋ ਜਿਹਾ ਸੇਗ ਲਾਵਾਂਗੇ ਭੁੱਲ ਜਿਓਗੇ ਖਾਤੀ ਪੁਣਾ ਕਰਨਾ ਅੱਗੋਂ ਕੀ ਕੀਤਾ ਜਾਏਗਾ ਟਾਈਟਲਰ ਸਾਹਿਬ ਨਾਲ ਗੱਲਬਾਤ ਕਰਕੇ ਵਿਰੋਧ ਇਹਨਾਂ ਦਾ ਕੇਸ ਲਾਇਆ ਜਾਏਗਾ ਜਾਂ ਹੁਣ ਤੁਹਾਡੇ ਵੱਲੋਂ ਕੇਸ ਲਗਾ ਦਿੱਤਾ ਗਿਆ ਜਿਹੜਾ ਬੈਨਰ ਸਵੇਰੇ ਲਾਇਆ। ਵੇਖੋ ਜੀ ਹਰੇਕ ਕੰਮ ਨੂੰ ਟਾਈਮ ਚਾਹੀਦਾ। ਪਹਿਲੀ ਗੱਲ ਕੱਲ 17 ਅਗਸਤ ਨੂੰ ਮਾਨਯੋਗ ਸ਼੍ਰੀ ਜਗਦੀਸ਼ ਟਾਈਟਲਰ ਜੀ ਦਾ ਜਨਮ ਦਿਨ। ਅਸੀਂ ਬੜੀ ਸ਼ਰਧਾ ਦੇ ਨਾਲ ਧੂਮ-ਧਾਮ ਦੇ ਨਾਲ ਪਵਿੱਤਰ ਦਿਹਾੜੇ ਦੀ ਤਰ੍ਹਾਂ ਸੈਲੀਬ੍ਰੇਟ ਕਰਾਂਗੇ। ਮਨਾਉਣ ਦੇਣਗੇ ਨਿਹੰਗ ਹੁਣ ਇਹਨਾਂ ਕੁਝ ਹੋ ਗਿਆ। ਬੈਠੇ ਆ ਬਣਾਉਣ ਵਾਸਤੇ ਭੱਜ ਨਹੀਂ ਗਏ। ਹੁਣ ਵੀ ਅਮਰਸਰ 'ਚ ਹੀ ਬੈਠੇ ਆ ਕਿਸੇ ਤੋਂ ਲੋਕੇ ਡਰ ਕੇ ਛੁੱਪ ਕੇ ਨਹੀਂ ਬੈਠੇ ਯੁਰਤ ਨਾਲ ਬੈਠੇ ਆ ਇੱਥੇ ਇੱਥੇ ਹੀ ਮਨਾਵਾਂਗੇ ਮਜੀਠਾ ਰੋਡ ਤੇ ਮਨਾਵਾਂਗੇ ਤੁਹਾਡੇ ਥਰੂ ਇਹਨਾਂ ਨੂੰ ਅਖਾਤੀਆਂ ਨੂੰ ਖੁੱਲਾ ਸੱਦਾ ਖੁੱਲਾ ਚੈਲੰਜ ਆ ਮਜੀਠਾ ਰੋਡ ਤੇ ਕੇਕ ਕੱਟਿਆ ਸੀਗਾ ਵੱਖ-ਵੱਖ ਥਾਵਾਂ ਦੇ ਕੇਕ ਕੱਟਿਆ ਸੀਗਾ ਮਜੀਠਾ ਰੋਡ ਤੇ ਮਨਾਵਾਂਗੇ ਜੇ ਤੁਹਾਡੇ ਜੁਰਤ ਹੈਗੀ ਆ ਡਾਕੇ ਵੇਖ ਲਿਓ ਜਿਹੜੀ ਰਹੀ ਗੱਲ ਮੇਰੇ ਵੱਲੋਂ ਕਾਰਵਾਈ ਦੀ ਮੈਂ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਦਾ ਜੀ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬੀਤੇ ਕੱਲ ਜਿਹੜਾ ਜਗਦੀਸ਼ ਟਾਇਟਲਰ ਦਾ ਜਨਮ ਦਿਨ ਕਰਮਗਿੱਲ ਵੱਲੋਂ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਮਨਾਇਆ ਜਾਏਗਾ ਤੇ ਉਸ ਨਿਹੰਗ ਸਿੰਘ ਜਥੇਬੰਦੀਆਂ ਨੂੰ ਇਹਨਾਂ ਨੇ ਖੁੱਲਾ ਚੈਲੰਜ ਦਿੱਤਾ ਹੈ ਕਿ ਅਗਰ ਕਿਸੇ 'ਚ ਯੁਰਤ ਹੈ ਜਾਂ ਕਿਸੇ 'ਚ ਹਿੰਮਤ ਹੈ ਤਾਂ ਇਹਨਾਂ ਨੂੰ ਰੋਕੇ ਦਿਖਾਓ ਨਾਲੇ ਉਹਨਾਂ ਨੇ ਕਿਹਾ ਕਿ ਜਿਹੜਾ ਬੈਨਰ ਸਵੇਰੇ ਉਤਾਰਿਆ ਹੈ ਅਗਰ ਇਹਨਾਂ ਦੀ ਹਾਜ਼ਰੀ 'ਚ ਉਤਾਰਦੇ ਤਾਂ ਇਹ ਉਹਨਾਂ ਦਾ ਵਿਰੋਧ ਜ਼ਰੂਰ ਕਰਦੇ ਤੇ ਇਹਨਾਂ ਨੇ ਨਾਲ ਕਿਹਾ ਕਿ ਹੁਣ ਜਿਨ੍ਹਾਂ ਵੱਲੋਂ ਬੈਨਰ ਉਤਾਰੇ ਗਏ ਹਨ ਉਹਨਾਂ ਖਿਲਾਫ ਕੋਰਟ ਵਿੱਚ ਕੇਸ ਵੀ ਦਾਇਰ ਕੀਤਾ ਜਾ ਸਕਦਾ ਹੈ ਮੁਕੇਸ਼ ਮਹਿਰਾ ਅੰਮ੍ਰਿਤਸਰ ਸੁਰਖਾਪ ਟੀਵੀ